ਸੰਤ ਬਾਬਾ ਲਾਭ ਸਿੰਘ ਜੀ ਕਾਲ ਸੇਵਾ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ ਅਤੇ ਕਾਲ ਸੇਵਾ ਦੀਆਂ ਸੇਵਾਵਾਂ ਕਰਨ ਦੀ ਅਗਲੀ ਸੇਵਾ ਸੰਤ ਬਾਬਾ ਹਰਭਜਨ ਸਿੰਘ ਜੀ ਪੈਰਵਾਰ ਨੂੰ ਦਸਤਾਰ ਸਜਾ ਕੇ ਦਿੱਤੀ ਗਈ। ਸਿੰਘਾਂ ਵੱਲੋਂ ਗੁਰਬਾਣੀ ਦੇ ਕੀਰਤਨ ਹੋਏ ਹਨ, ਸਿਮਰਨ ਦੇ ਜਾਪ ਹੋਏ ਹਨ।
ਬਾਣੀ ਦਾ ਕੀਰਤਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਕੜੀ ਸੁਣੀ ਗੁਰਬਾਣੀ ਦਾ ਫਲ ਨਾ ਮਹਾਂਪੁਰਖਾਂ ਦੀ ਪਵਿੱਤਰ ਆਤਮਾ ਨੂੰ ਬਖਸ਼ਿਸ਼ ਕਰੋ, ਆਪਣੇ ਚਰਨਾਂ ਤੇ ਨਿਵਾਸ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਨਾ ਮਹਾਂਪੁਰਖਾਂ ਦੀ ਥਾਂ ਤੇ ਇਸ ਜਥੇਬੰਦੀ ਦੀ ਅਗੋਂ ਦੀ ਸੇਵਾ ਨਾ ਮਹਾਂਪੁਰਖਾਂ ਦੁਆਰਾ ਹੀ ਆਪ ਜੀ ਦੇ ਦਰ ਕਰਦੇ ਸੇਵਕ ਸੰਤ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਜੀ ਨੂੰ ਬਖਸ਼ਿਸ਼ ਹੋਈ ਹੈ। ਬਾਬਾ ਜੀ ਦੇ ਸਿਰ ਤੇ ਮਿਹਰਾਂ ਭਰਿਆ ਬਖਸ਼ਿਸ਼ਾਂ ਦਾ ਹੱਕ ਰੱਖ ਕੇ ਉਸੇ ਤਰ੍ਹਾਂ ਆਪ ਜੀ ਨੇ ਸੇਵਾਵਾਂ ਲੈਣੀਆਂ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ। ਇਸ ਵਕਤ ਸੰਤਾਂ ਨੂੰ ਬਾਬਾ ਜੀ ਦੇ ਪੰਜ ਪਾਵਨ ਸਰੀਰ ਦਾ ਸੰਸਕਾਰ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਾਰੇ ਸਮਾਗਮ ਨਿਰਵਿਘਨ ਸੰਪੂਰਨ ਕਰਵਾਓ। ਨਾਨਕ ਨਾਮ।